আসসালামু আলাইকুম ওয়ারাহমাতুল্লাহি ওয়া বারাকাতুহু میرے گائز میرے سننے والے اور میرے چاہنے والے جتنے دوست میری आवाज سنندن میں تمام انہاں دوستاں دا دل دی اتھا کرے نال میں شکریہ ادا کرے نا گائز پاکستان ایک زراعی ملک ہے اور پاکستان دے وچ زراعت ریڑھ دی ہڈی دی حیثیت رکھندی ہے ਕਾਥੀ ਗਿਆ ਕੇ ਹੁਕਮਰਾਨੇ ਇਕੋ ਕੁਝ ਨਹੀਂ ਸਮਝਾ ਅਗਰ ਇਕੋ ਕੁਝ ਨਹੀਂ ਨੇ ਸਮਝਾਤਾ ਆਈਐਮਐਫ ਤੇ ਚੱਕਰ ਤੇ ਮਿੰਤਾ ਤਰਲੇ ਵੀ ਤੋ ਉਹ ਵੰਨ ਕਰੇ ਨੇ ਜਿਨੇ ਲੋਗਾਂ ਦਾ ਬਿਲੀਵ ਹੈ ਕਿ ਜ਼ਰਾਤ ਸਾਡੀ ਰੀਡ ਦੀ ਹੱਦੀ ਦੀ ਹਿਸਿਆਤ ਰੱਖੇਂਦੀ ਐ ਔਰ ਸਾਡੇ ਜਿਤਨੇ ਹੀ ਜੱਟ ਹਜ਼ਰਤ ਹਨ ਫਸਲਾਂ ਅੱਛਾ ਵਹੈਨ ਨੇ ਔਰ ਦੇਖਭਾਲ ਕਰੈਨ ਨੇ ਅਲਹਮਦੁਲਿਲਾ ਅੱਲਾ ਦੇ ਫਜ਼ਲੋ ਕਰਮ ਨਾਲ ਉਹ ਲੋਕ ਖੁਸ਼ਹਾਲ ਨੇ ਮੁxtਲਫ ਮਰਾਹਲ ਦੇ ਵਿੱਚ ਮੁxtਲਫ ਤਜਰਬੇ ਕੀਤੇ ਗਣ ਜਿੰਦੇ ਵਿੱਚ ਇੱਕ ਤਜਰਬਾ ਮੈਂ ਤੁਹਾਨੂੰ ਅੱਜ ਦਿਖਾਉਣਾ ਚਾਹਨਾ ਕਿ ਜਿਹੜਾ ਇਹ ਤਜਰਬਾ ਸਾਡੇ ਜੱਟ ਹਜ਼ਰਤ ਨੇ ਕੀਤੇ ਜਿਹੜਾ ਬਹੁਤ ਕਾਮਯਾਬ ਹੈ ਇਹ ਤੁਸਾਂ ਦੇਦੇ ਪੀਓਸੋ ਇੱਕ ਖੇਲ ਦੇ ਉਤੇ ਕਣਕ ਕਾਸ਼ਤ ਕੀਤੀ ਗਈ ਹੈ ਯਾਨੀ ਕਿ ਗੰਦਮ ਕਾਸ਼ਤ ਕੀਤੀ ਗਈ ਇਹਦਾ ਬਿਹਤਰੀਨ ਤਜਰਬਾ ਕੀਤਾ ਗਿਆ ਔਰ ਅਲhamdulillah ਜਿਵੇਂ ਕਪਾਹ ਖੇਲ ਦੇ ਉਤੇ ਕਾਸ਼ਤ ਕਰਦੇ ਉਹਦਾ ਤਜਰਬਾ ਕੀਤਾ ਗਿਆ ਕਿ ਪਾਣੀ ਜ਼ਾਇਤ thiਣ ਤੋਂ ਬਚਾਇਆ ਗਿਆ ਔਰ ਜ਼ਮੀਨਾਂ ਜਿਹੜੀਆਂ ਉੱਚਾ ਹਨ ਜਿੰਨੇ ਦਾ ਲੈਵਲ ਉੱਚਾ ਹਾ ਔਰ ਪਾਣੀ ਉਥਾਂ ਬੜੀ ਮੁਸ਼ਕਲ ਨਾਲ ਡ੍ਰਿਲ ਆਲੀ ਜ਼ਮੀਨ ਦੇ ਚੜਦਾ ਹਾ ਉਹਨਾਂ ਖੇਲ ਇਸਤੇਮਾਲ ਕਰਤੇ ਔਰ ਖੇਲ ਦੇ ਰਿਜ਼ਲਟ ਕੀ ਦੇ ਜਿਹੜੇ ਜ਼ਮੀਨ ਸਹੀ ਵੀ ਕੱਢ ਗਿੰਦੀ ਔਰ ਫਸਲ ਵੀ ਅੱਛੀ ਕੰਡੀਸ਼ਨ ਦੇਂਦੀਏ ਤਾਂ ਅਲhamdulillah ਇਵੇਂ ਹੀ ਸਾਡੇ ਜਿੰਨੇ ਜੱਟ ਭਿਰਾ ਹਨ ਉਹਨੇ ਤਜਰਬਾ ਕੀਤੇ ਕਿ ਇਨਾ ਕੀਤਾ ਵਣੇ ਕਿ ਕਰਨਕ ਕੋਈ ਖੇਲ ਹੋਤੇ ਕਾਸ਼ ਕੀਤਾ ਵਣੇ ਇੱਕ ਪਾਣੀ ਦੀ ਬਚਤੀ ਵੇਸੀ ਬਈ ਗਾਲ ਹੈ ਕਿ ਜਿਹੜੀ ਖਾਦ ਹੈ ਉਹ بار-बार ਅਸਰ ਕਰੇ ਸੀ ਇਹ ਦੇਦੇ ਪੀਓ ਸੋ ਇਹ ਕੋਝ ਨਹੀਂ ਇਹ ਸਿਰਫ ਖੇਲ ਦੁੱਤੇ ਕਣਕਾਂ ਕਾਸ਼ ਕੀਤੀ ਗਈ ਹੈ ਔਰ ਅੱਲਾ ਦੇ ਫਜ਼ਲੋ ਕਰਮ ਨਾਲ ਇਹ 100 ਮਣ ਕਿਲੇ ਦੀ ਔਸਤ ਨਾਲ ਜ਼ਰੂਰ ਲਾਸੀ ਜਿਹੜੀ ਤਰ੍ਹਾਂ ਦੀ ਕਣਕ ਠੁਕੀ ਖੜੀ ਹੈ ਤਾਂ ਗੈਸ ਇਹ ਤਜਰਬਾ ਸਾਡੇ ਕਿਸਾਨ ਕਰੇ ਦੇ ਰਹੇ ਵੇਨ ਜਿਹੜੀ ਚੀਜ਼ ਫਾਇਦਾ ਦੇਵੇ ਉਹ ਉਕੋ بار بار ਕਾਸ਼ਤ ਕਰੇਨ ਨਾ ਔਰ ਉਦੋਤੇ ਤਜਰਬਾ ਕਰੇਨ ਕੋਈ ਨਵਾਂ ਹਾਲ ਕਢਾਵਣ ਇੰਦੋ ਤਾਂ ਕੋਈ ਨਵਾਂ ਤਜਰਬਾ ਕੀਤਾ ਵੰਜੇ ਇੰ ਤਰ੍ਹਾਂ ਦੇ ਇਹ ਤਜਰਬਾ ਕੀਤਾ ਗਏ ਔਰ ਮੈਂ ਤੁਹਾਂ ਕੋ ਦਿਖਾ ਦੇਸਾਂ ਇਸ ਪਾਸੇ ਵੀ ਕਣਕ ਖੇਲ ਦੋਤੇ ਕਾਸ਼ਤ ਕੀਤੀ ਗਈ ਹੈ ਅਲਹਮਦੁਲਿਲਾ ਇਹਦੇ ਬਹੁਤ ਖਾਤਰਖਾ ਰਿਜ਼ਲਟ ਹੈ ਤਾਂ ਮੇਰੇ ਚੈਨਲ ਕੋ ਲਾਈਕ ਕਰੇ ਸੋ ਘੰਟੀ ਵਾਲੇ ਬਟਨ ਕੋ ਜ਼ਰੂਰ ਦਬੇ ਸੋ ਔਰ ਮੇਰੀ ਅਦਨੀ ਜਹੀ ਇੱਕ ਰਿਕੁਐਸਟ ਹੈ ਜ਼ਰੂਰ ਮਨੇ ਸੋ ਕਿ ਕਮਾਂਡ ਵਹਾਉਣ ਪਾਇ ਵਣਨ ਸਾਡੇ ਪੰਜਾਬ ਦੇ ਜੱਟ ਕਿਆ ਕਰੈਨ ਸਾਰੇ ਹੀ ਕਮਾਂਡ ਦੇ ਪਿੱਛੂ ਪਾਇ ਵਣਨ ਸਾਡੇ ਮਲਕ ਕੋ ਕਿਆ ਥਿੰਦੇ ਕਣਕ ਬਾਹਰਲੇ ਮਲਕ ਤੋਂ ਮੰਗਾਵਣੀ ਪਾਇ ਵੰਦੀ ਏ ਜਿਹੜੀ ਸਾਕੋ ਕਾਸਟ ਚ ਮਹਾਂਗੀ ਪੌਂਦੀ ਏ ਕਾਸਟਲੀ ਤੌਰ ਤੇ ਮਹਾਂਗੀ ਪੌਂਦੀ ਏ ਬਰਾ ਮਿਹਰਬਾਨੀ ਮੁਖਤਲਫ ਔਰ ਥੋੜਿਆ ਥੋੜਿਆ ਹਰ ਚੀਜ਼ ਵਹੀ ਕਰੋ ਤਾਂ ਕਿ ਸਾਕੂ ਕਹੀ ਮੋਲਕ ਦੇ ਵਿੱਚ ਕੋਈ ਸ਼ਾਇ ਮਹੰਗਾਵਣੀ ਨਾ ਪਵੇ ਜਿਹੜੀ ਮੋਲਕ ਸਾਡੇ ਕੋਲ ਆਈਐਮਐਫ ਤੇ ਅਗੂ ਗੋਡੇ ਗਿਤੇ ਟੇਕੜੇ ਪਾਉਣ ਇਹੀ ਕਾਤਰ ਰਾਇਆ ਵਹਾਓ ਕਣਕ ਵਹਾਓ ਕਮਾਦ ਵਹਾਓ ਬਿਲੰਗੂ ਵਹਾਓ ਯਾਨੀ ਕਿ ਕੋਈ ਵੀ ਫਸਲ ਵਹਾਓ ਹਰ ਫਸਲ ਕੋ ਉਹ ਹੁੰਦੇ ਦੋ ਚਾਰ ਫਸਲਾਂ ਵੈ ਸੋ ਜਿਵੇਂ ਹੁਣ ਸਾਰੇ ਜੱਟ ਮੱਕਈ ਦੇ ਪਿੱਛੇ ਲੱਗਣ ਮੱਕਈ ਨੇ ਜੱਟ ਕੋ ਰਵਾ ਦੇ ਰੱਖ ਦਿੱਤੇ ਪਿਛਲੇ ਦੋ ਤਿੰਨ ਮਹੀਨੇ ਤੋਂ ਜੱਟ ਮੱਕਈ ਕੋ ਸੁਕੈਂਦੇ ਪੈਨ ਤੇ ਸੁਕੈਂਦੇ ਪੈਨ ਕੋਈ ਵਪਾਰੀ ਨੇੜੇ ਨਹੀਂ ਟੱਚ ਕਰੇਂਦਾ ਪਿਆ ਪਤਾ ਨਹੀਂ ਵਪਾਰੀ ਦਾ ਦਿਲ ਕਿ ਇਹ ਮੱਕਈ ਸੁਕਾ ਸੁਕਾ ਦੇ ਇਹ ਡਾਲਾ ਬਣਾ ਦੇ ਦੇਵਨ ਤੇ ਵਲ ਖੀਨਸੂ ਇਤਨੀ ਜ਼ਿਆਦੀ ਸੁਕਾਉਣ ਦਾ ਕੀ ਮਤਲਬ ਹੈ ਕਿ ਜੇ ਕੋ ਪੈਸੇ ਜ਼ਰੂਰਤ ਹੈ ਇੱਕ ਯੂਰੀਆ ਖਾਦ ਨਹੀਂ ਮਿਲਦੀ ਔਰ ਦੂਜਾ ਉਹ ਕੋ ਟਾਈਮ ਨਾਲ ਉਹ ਪਿਛਲੀ ਫਸਲ ਦਾ ਰਿਜ਼ਲਟ ਯਾਨੀ ਕਿ ਉਹ ਫਸਲ ਵਿਕੇ ਨਾ ਜਿਹੜੀ ਮਕਾਈ ਹੈ ਮਕਾਈ ਦੇ ਪੈਸੇ ਨਾ ਮਿਲਣ ਜੱਟੇ ਨੂੰ ਕੀ ਫਾਇਦਾ ਤਾਂ ਗਾਇਸ ਮੇਰੇ ਚੈਨਲ ਕੋ ਲਾਈਕ ਕਰੇ ਸੋ ਸਬਸਕ੍ਰਾਈਬ ਕਰੇ ਸੋ ਔਰ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਕਰੇ ਸੋ ਇਹ ਜਟਾ ਤਜਰਬਾ ਕੀਤੇ ਵੀ ਕਣਕ ਖੇਲ ਦੇ ਉਤੇ ਕਾਸ਼ ਕੀਤੀ ਹੈ ਔਰ ਤੁਸੀਂ ਵੀ ਤਜਰਬਾ ਕਰੇ ਸੋ ਇਨਸ਼ਾ